ਵਿਧਾਨ ਸਭਾ ਹਲਕਾ ਖੇਮ ਕਰਨ ਅਧੀਨ ਪੈਂਦੇ ਪਿੰਡ ਕਰਿਆਲੇ ਤੋਂ ਸੰਤ ਬਾਬਾ ਅਵਤਾਰ ਸਿੰਘ ਜੀ ਅਤੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਆਗੂ ਕਾਰਜ ਸਿੰਘ ਕਰਿਆਲਾ ਦੀ ਯੋਗ ਅਗਵਾਈ ਹੇਠ ਦਿੱਲੀ ਲਈ ਕਿਸਾਨਾਂ ਦਾ ਚੌਥਾ ਜਥਾ ਰਵਾਨਾ ਹੋਇਆ। ਇਸ ਉਪਰੰਤ ਗੱਲਬਾਤ ਕਰਦੇ ਹੋਏ ਬਾਬਾ ਅਵਤਾਰ ਸਿੰਘ ਨੇ ਕਿਹਾ ਕਿ ਦਿੱਲੀ ਵਿਖੇ ਅੰਦੋਲਨ ਵਿੱਚ ਬੈਠੇ ਕਿਸਾਨਾਂ ਦੀ ਮਦਦ ਲਈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਇਹ ਅੰਦੋਲਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਅਤੇ ਪਿੰਡਾਂ ਵਿੱਚੋਂ ਵੱਡੇ ਜਥੇ ਦਿੱਲੀ ਲਈ ਰਵਾਨਾ ਹੁੰਦੇ ਰਹਿਣਗੇ। ਮੋਦੀ ਸਰਕਾਰ ਨੇ ਕਾਨੂੰਨ ਸਾਡੇ ਬਣਾਏ ਆ, ਸਾਡੇ ਬਰਖਲਾਫ ਕਾਨੂੰਨ ਉਹ ਬਣਾਏ ਕਹਿ ਸਕਦੇ ਹਾਂ, ਜਿਨ੍ਹਾਂ ਨੂੰ ਕਾਲੇ ਕਾਨੂੰਨ ਵੀ ਕਹਿ ਸਕਦੇ ਹਾਂ, ਉਹਨਾਂ ਨੂੰ ਰੱਦ ਕਰਾਉਣ ਵਾਸਤੇ ਜਥਾ ਜਾ ਰਿਹਾ ਵਾ। ਆਪ ਇੱਕ ਦੂਜੇ ਨਾਲ ਲਿੰਕ ਰੱਖਣ ਵਾਲੇ ਹਾਂ, ਅਸੀਂ ਉਹਨਾਂ ਕੋਈ ਖਾਦ ਪਾਉਣ ਵਾਲੀ ਆ, ਕੋਈ ਉਹਨਾਂ ਦਵਾਈ ਬੂਟੀ ਦਾ ਕੰਮ ਆ, ਕੋਈ ਉਹਨਾਂ ਸਪਰੇਅ ਦਾ ਕੰਮ ਆ, ਉਹਨਾਂ ਦੀਆਂ ਕਣਕਾਂ ਨੂੰ ਪਾਣੀ ਲਾਉਣਾ ਵਾ, ਉਹ ਅਸੀਂ ਆਪ ਇੱਥੇ ਕਰਾਉਂਦੇ ਹਾਂ ਜੀ। ਮੈਸੇਜ ਸਾਡਾ ਇਹੋ ਹੀ ਆ ਜੀ, ਇਹ ਸੰਘਰਸ਼ ਬਿਲਕੁਲ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਤਰੀਕੇ ਨਾਲ ਚੱਲ ਰਿਹਾ ਵਾ ਅਤੇ ਸ਼ਾਂਤਮਈ ਢੰਗ ਤਰੀਕੇ ਦੇ ਨਾਲ ਹੀ ਅਸੀਂ ਚਲਾਉਣਾ ਚਾਹੁੰਦੇ ਹਾਂ ਅਤੇ ਯੂਥ ਨੂੰ ਵੀ ਇਹੀ ਸਾਡੀ ਬੇਨਤੀ ਆ ਵੀ ਇਹ ਸੰਘਰਸ਼ ਨੂੰ ਸ਼ਾਂਤਮਈ ਢੰਗ ਤਰੀਕੇ ਦੇ ਨਾਲ ਹੀ ਚਲਾਉਣ ਅਤੇ ਸ਼ਾਂਤਮਈ ਢੰਗ ਤਰੀਕੇ ਦੇ ਨਾਲ ਚਲਾ ਕੇ ਹੀ ਆਪਣੀਆਂ ਮੰਗਾਂ ਜਿਹੜੀਆਂ ਵਾ ਆਪਣੀਆਂ ਪੂਰੀਆਂ ਕਰਾਵਾਂਗੇ। ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।